ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਦੇ ਤੇ ਕੋਟੇ ਦੀ ਛੱਤ ਡਿੱਗਣ ਕਾਰਨ 9 ਸਾਲਾ ਪੁੱਤ ਸਨੇ ਮਾਰ ਦੀ ਹੋਈ ਮੌਤ ਇਲਾਕੇ 'ਚ ਛਾਇਆ ਸੋਗ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਜਨਰਲ ਨੇ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਹੱਦ ਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਆਪਾਂ ਪੱਜਾਂ ਗਾਇਨ ਕਰੇ ਮਾਮਲਾ ਸਰਹੱਦੀ ਖੇਤਰ ਤਰਨਤਾਰਨ ਦੇ ਥਾਣਾ ਚੋਲਾ ਸਾਹਿਬuddin ਆਉਂਦੇ ਪਿੰਡ ਮੋਹਨਪੁਰ ਤੋਂ ਸਾਮ੍ਹੇ ਜਿੱਥੇ ਇੱਕ 마ਸੂਮ 9 ਸਾਲਾ ਦੇ ਪੁੱਤਰ ਤੇ ਉਸ ਦੀ ਮਾਂ ਦੀ ਗਰੀਬੀ ਦੇ ਕਾਰਨ ਮੌਤ ਹੋ ਗਈ। ਇਹ ਮਾਂ ਪੁੱਤ ਉਸ ਸਮੇਂ ਮੌਤ ਦਾ ਸ਼ਿਕਾਰ ਹੋ ਗਏ ਜਦੋਂ ਆਪਣੇ ਘਰ ਦੇ ਵਿੱਚ ਕੱਚੇ ਕੋਟੇ ਵਿੱਚ ਸੌ ਰਹੇ ਸਨ। ਉਸ ਸਮੇਂ ਰਾਤ ਦੇ ਸਮੇਂ ਚਾਨਕੀ ਕੋਠੇ ਦੀ ਛੱਤ ਡਿੱਗੀ ਜਿਸ ਕਾਰਨ ਮਾਂ ਤੇ ਪੁੱਤਰ ਹੇਠ ਦੱਬ ਕੇ ਤੇ ਮਲਬੇ ਹੇਠ ਦੱਬਣ ਕਾਰਨ ਉਹਨਾਂ ਦੀ ਮੌਤ ਹੋ ਗਈ। ਮ੍ਰਿਤਿਕਾ ਦਾ ਵਿੱਚ 9 ਸਾਲਾ ਬੇਟਾ ਇੱਕਮਜੀਤ ਸਿੰਘ ਆਪਣੇ ਮਾਮ ਜਿੰਦਰਕੌਰ ਦੇ ਦਾਮਕੁੱਟਨ ਕਾਰਨ ਮੌਤ ਹੋ ਗਈ। ਉਹਦੀ ਮਜਿੰਦਰ ਦੇ ਬਧੀ ਦਸਵਿੰਦਰ ਸਿੰਘ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਂਦਾ ਮਨਾ ਕੀਤਾ ਹੈ ਇਸ ਘਟਨਾ ਕਾਂ ਪਿੰਡ ਤੋਂ ਸੋਖ ਦਿ ल्या ਰਹੀ ਹੋਤੀ ਜੀ ਹਾਸੇ ਦੇ ਕਾਰਨ ਸਰਕਾਰ ਵੱਲੋਂ ਕੱਚੇ ਕੋਠੇ ਪੱਕੇ ਕਰਨ ਦੇ ਵਾਅਦਿਆਂ ਦੀ ਪੋਲ ਖੁੱਲ ਰਹੀ ਹੈ ਕਿ ਉਹ ਕਿੰਨੇ ਕੋ ਪੱਕੇ ਕਰ ਲਿਏ ਕੋਠੇ ਖਬਰਾਂ ਅੰਤਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ